अगर आपने हमारे चैनल को सब्सक्राइब नहीं किया है तो इसे सब्सक्राइब कर लें। तख्त श्री हजूर साहिब के तीर्थयात्रियों को पंजाब सरकार द्वारा एक सुरक्षित आश्रय में बठिंडा के मेरिटोरियस स्कूल में रखा गया है। एक तीर्थयात्री की कहानी सुनो जो यहाँ रहता है। सर तुसी इत्थे केड़ी डेट नूं आए सीगे? ਤੁਸੀਂ ਇਸ ਟਾਈਮ ਮੈਰਿਟ ਲਾਇਬ੍ਰੇਰੀ ਦੀ ਵਿੰਗ ਚ ਹੈਗੇ ਹੋ ਗਿਆਨੀ ਜੈਲ ਸਿੰਘ ਦੇ ਵਿਚ, ਤੁਹਾਡੇ ਨਾਲ ਕਿੰਨੀ ਫੈਮਿਲੀ ਮੈਂਬਰ ਨੇ? ਸਾਡੇ ਨਾਲ ਮੇਰੀਆਂ ਦੋ ਭੈਣਾਂ, ਹਾਂਜੀ, ਠੀਕ ਹੈ, ਤੇ ਮੰਮੀ, ਠੀਕ ਹੈ ਸਰ, ਠੀਕ ਸਰ। ਤੁਹਾਨੂੰ ਦਵਾਈਆਂ ਵਗੈਰਾ ਸਭ ਮਿਲ ਰਹੀਆਂ? ਅਗਰ ਤੁਹਾਨੂੰ ਕੁਝ ਚਾਹੀਦਾ, ਠੀਕ ਹੈ ਸਰ। ਨਹਾਉਣ ਵਾਲਾ ਸਮਾਨ ਤੁਹਾਨੂੰ, ਬਾਲਟੀਆਂ ਵਗੈਰਾ ਸਭ ਮਿਲ ਰਹੀਆਂ? ਹਾਂਜੀ ਸਰ, ਹਾਂਜੀ ਸਰ, ਹਾਂਜੀ ਸਰ, ਠੀਕ ਹੈ ਸਰ। ਹੁਣ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਸਰ ਤੁਹਾਨੂੰ? ਚਲੋ, ਵੈਸੇ ਆਪਣੇ ਕੋਲ ਇੱਥੇ ਡਾਕਟਰ ਸਾਹਿਬ ਹਮੇਸ਼ਾ ਰਹਿੰਦੇ ਨੇ, ਇੱਕ ਅਸਿਸਟੈਂਟ ਵੀ ਇਹਨਾਂ ਦੇ ਫਾਰਮਾਸਿਸਟ ਹੁੰਦੇ ਨੇ ਇੱਥੇ। ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਸਰ ਤੁਸੀਂ ਇਹਨਾਂ ਨਾਲ ਕਦੀ ਵੀ ਰਾਬਤਾ ਕਰ ਸਕਦੇ ਹੋ ਸਰ। ਅਗਰ ਆਪਣੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।